ਜਿਹੜਾ ਵੀ ਕਾਨੂੰਨ ਬਣਦਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ, ਲੇਕਿਨ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਹੈ ਉਹ ਸਟੇਟ ਨੇ ਕਰਨੀ ਹੈਗੀ ਹੈ, ਤੇ ਉਹ ਉਹਦੇ ਤੇ ਕਾਰਵਾਈ ਨਹੀਂ ਕਰੇਗਾ ਤੇ ਉਹ ਹੋਏਗੀ ਨਹੀਂ, ਕਿਉਂਕਿ ਜਦ ਕਿਉਂਕਿ ਦੋ ਤਿੰਨ ਸਟੇਟ ਹੈਗੀਆਂ, ਚਾਹੇ ਮਹਾਰਾਸ਼ਟਰ ਹੋਏ, ਚਾਹੇ ਵੈਸਟ ਬੰਗਾਲ ਹੋਏ, ਚਾਹੇ ਕੈਪਟਨ ਸਾਹਿਬ ਹੋਏ, ਉਹਨਾਂ ਨੇ ਇਹਨੂੰ ਮਨਾ ਕੀਤਾ ਕਿ ਅਸੀਂ ਇੰਪਲੀਮੈਂਟ ਨਹੀਂ ਕਰਾਂਗੇ, ਲੇਕਿਨ ਇਸ ਅਮੈਂਡਮੈਂਟ ਬਿੱਲ ਨੂੰ ਸਮਝਣ ਦੀ ਲੋੜ ਹੈਗੀ ਹੈ। ਇਹਦੇ ਵਿੱਚ ਜਿਹੜੇ ਇਹ ਮਾਨਵਤਾ ਦਾ ਬਿੱਲ ਹੈਗਾ, ਇਹ ਜਿਹੜੇ ਮਾਨਵ ਅਧਿਕਾਰ ਦੀ ਗੱਲ ਹੈ, ਜਿਹੜੇ ਲੋਕ ਧਾਰਮਿਕ ਉਤਪੀੜਨਾਂ ਦੀ ਵਜ੍ਹਾ ਨਾਲ, ਚਾਹੇ ਉਹ ਬੰਗਲਾਦੇਸ਼ ਹੋ, ਚਾਹੇ ਪਾਕਿਸਤਾਨ ਹੋ, ਚਾਹੇ ਅਫਗਾਨਿਸਤਾਨ ਹੋ, ਉਹ ਮੁਸਲਿਮ ਕੰਟਰੀਆਂ ਹੈਗੀਆਂ, ਮੁਸਲਿਮ ਕੰਟਰੀ ਦੇ ਅੰਦਰ ਮੁਸਲਮਾਨ ਦੇ ਨਾਲ ਧਾਰਮਿਕ ਉਤਪੀੜਨਾ ਨਹੀਂ ਹੋਏਗੀ। ਧਾਰਮਿਕ ਉਤਪੀੜਨਾ ਜਿਹੜੇ 6 ਧਰਮ ਹੈਗੇ ਨੇ, ਬਾਕੀ ਹਿੰਦੂ ਹੋ ਗਿਆ, ਸਿੱਖ ਹੋ ਗਿਆ, ਪਾਰਸੀ ਹੋ ਗਿਆ, ਕ੍ਰਿਸਚਨ ਹੋ ਗਿਆ। ਪੰਜਾਬ ਦੇ ਉੱਤੇ ਕੀ ਡਾਇਰੈਕਟਲੀ ਪੰਜਾਬ ਤੇ ਕੋਈ ਕੀ ਅਸਰ, ਕਿਸ ਤਰੀਕੇ ਦਾ ਅਸਰ ਪੈ ਸਕਦਾ? ਦੇਖੋ ਜੀ, ਕੋਈ ਅਸਰ ਨਹੀਂ ਪੈ ਸਕਦਾ। ਦੇਖੋ ਇਹ ਇਹ ਮਾਨਵਤਾ ਦੀ ਗੱਲ ਹੈ, ਜਿਹੜੇ ਲੋਕ ਪੀੜਿਤ ਹੈਗੇ ਹੈ, ਇਹ ਜਗ ਜਾਹਿਰ ਹੈਗੀ। ਜਿਹੜਾ ਪਾਕਿਸਤਾਨ ਦੇ ਅੰਦਰ ਜਦੋਂ ਦੇਸ਼ ਆਜ਼ਾਦ ਹੋਇਆ, ਉੱਥੇ ਮਾਇਨੋਰਿਟੀਜ਼ ਏਰੀਆ 18 ਤੋਂ 24% ਸੀਗੀਆਂ, ਅੱਜ ਉੱਥੇ 1.5 ਤੋਂ 2.5% ਰਹਿ ਗਈਆਂ ਹੈਗੀਆਂ। ਉਹ ਕਿੱਥੇ ਚਲੇ ਗਈਆਂ? ਜਾਂ ਤਾਂ ਉਹਨਾਂ ਨੂੰ ਮਾਰ ਦਿੱਤਾ ਗਿਆ, ਜਾਂ ਉਹਨਾਂ ਨੂੰ ਕਨਵਰਟ ਕਰ ਦਿੱਤਾ ਗਿਆ। ਹੁਣੇ ਤੁਸੀਂ ਦੇਖਿਆ ਹੋਣਾ ਕਿੰਨੀਆਂ ਹੀ ਬੇਟੀਆਂ ਦੇ ਨਾਲ ਉੱਥੇ ਉਹਨਾਂ ਦਾ ਜ਼ਬਰਦਸਤੀ ਗਨ ਪੁਆਇੰਟ ਦੇ ਉੱਤੇ। ਸਿਰ ਸਾਹਿਬ, ਮਾਜ਼ਰ ਚਾਹੁੰਦਾ, ਮੈਂ ਤੁਹਾਨੂੰ ਰੋਕ ਰਿਹਾ ਕਿਉਂਕਿ ਸ਼ਰਨਾਰਥੀ ਬਹੁਤ ਲੰਬੇ ਸਮੇਂ ਤੋਂ ਬਣੇ ਹੋਏ ਆ। ਸਾਡੇ ਪੱਤਰਕਾਰ ਰਾਜਨ ਗੁਸਾਈ ਗੁਰੂ ਨਗਰੀ ਅੰਮ੍ਰਿਤਸਰ ਤੋਂ ਉਹਨਾਂ ਨਾਲ ਬਣੇ। ਉਹ ਧਾਰਮਿਕ ਬੇਸ, ਧਾਰਮਿਕ ਬੇਸ ਦੇ ਉੱਤੇ ਪੋਲਿਟਿਕਸ ਕਰ ਰਹੇ ਆ, ਇਹ ਪੋਲਿਟਿਕਸ ਕਰ ਰਹੇ ਆ। ਉਹ ਧਰਮ ਦੇ ਆਧਾਰ ਤੇ ਪਾਕਿਸਤਾਨ ਬਣਿਆ ਸੀਗਾ ਜੀ, ਜਿਹੜਾ ਪਾਕਿਸਤਾਨ ਬਣਿਆ ਧਰਮ ਦੇ ਆਧਾਰ ਤੇ ਬਣਿਆ ਸੀਗਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ, ਜਿਹੜਾ ਇਹ ਬਿੱਲ ਹੈਗਾ, ਤੁਸੀਂ ਇਸ ਬਿੱਲ ਨੂੰ ਸਮਝਣ ਦਾ ਪ੍ਰਯਾਸ ਕਰੋ, ਰਾਜਨੀਤਿਕ ਕਾਰਨਾਂ ਦੇ ਨਾਲ ਇਹਨੂੰ ਇੱਕ ਧਾਰਮਿਕ, ਔਰ ਜਾਂ ਦੇਖੋ ਹਿੰਦੁਸਤਾਨ ਸਭ ਤੋਂ ਵੱਡਾ ਡੈਮੋਕ੍ਰੇਟਿਕ ਕੰਟਰੀ ਹੈਗੀ ਹੈ, ਸੈਕੂਲਰ ਦੇਸ਼ ਹੈਗਾ, ਮੁਸਲਮਾਨ ਵੀ ਉਨੇ ਹੀ ਸਾਡੇ ਭਰਾ ਹੈਗੇ ਨੇ ਜਿੰਨੀ ਬਾਕੀ ਕਮਿਊਨਿਟੀਜ਼ ਹੈਗੀਆਂ। ਇਹ ਦੇਸ਼ ਦਾ ਜਿਹੜਾ ਨਾਰਾ ਹੈਗਾ, ਵਿਭਿੰਨਤਾ ਚ ਏਕਤਾ, ਜਿਹਦੇ ਚ ਸਾਰੇ ਧਰਮ ਸਾਰੇ ਅਲੱਗ ਅਲੱਗ। ਤੁਹਾਡੀ ਗੱਲ ਵੀ ਮੈਂ ਸਮਝ ਰਿਹਾ, ਉਹਨਾਂ ਦੀ ਗੱਲ ਵੀ ਸਮਝ ਰਿਹਾ, ਪਰ ਭਾਵੇਂ ਕਾਂਗਰਸ ਦੇ ਉੱਤੇ ਕਿਸੇ ਤਰੀਕੇ ਦਾ ਸਵਾਲ ਹੋਵੇ, ਮੈਂ ਇਹ ਗੱਲ ਸਮਝਣੀ ਚਾਹ ਰਿਹਾ ਜੋ ਉਹ ਗੱਲ ਕਾਂਗਰਸ ਦੇ ਪ੍ਰਵਕਤਾ ਕਹਿ ਰਹੇ ਆ, ਉਹੀ ਗੱਲ ਕਹਿ ਰਹੇ ਆ ਕਿ ਜਿਹੜੀ ਇਹਦੀ ਧਰਮ ਨਿਰਪੱਖਤਾ, ਜਿਹੜੀ ਇਹਦੀ ਖੂਬਸੂਰਤੀ ਹੈ, ਜੋ ਇਹ ਮੁਜੱਸਮਾ ਹੈ, ਵੀ ਇਹ ਉਸ ਨੂੰ ਢਾ ਲਾਉਣ ਵਾਲਾ ਬਿੱਲ ਦੱਸ ਰਿਹਾ। ਸਰ, ਇਹ ਪਰਟੀਕੁਲਰਲੀ ਤੁਸੀਂ ਇਸ ਗੱਲ ਨੂੰ ਸਮਝਣ ਦਾ ਪ੍ਰਯਾਸ ਕਰੋ, ਸਿਰਫ ਪਰਟੀਕੁਲਰਲੀ ਇਹ ਬਿੱਲ ਜਿਹੜਾ ਹੈਗਾ ਧਾਰਮਿਕ ਉਤਪੀੜਨਾ, ਧਾਰਮਿਕ ਉਤਪੀੜਨਾ ਦੀ ਵਜ੍ਹਾ ਨਾਲ ਹੈ। ਤੁਸੀਂ ਜਿਹੜੇ ਮੁਸਲਮਾਨ ਭਰਾ ਹੈਗੇ, ਕਿਸੇ ਹੋਰ ਐਂਗਲ ਤੋਂ ਉਹ ਅਪਲਾਈ ਕਰ ਸਕਦੇ ਆ ਸਿਟੀਜ਼ਨਸ਼ਿਪ ਵਾਸਤੇ। ਐਸਾ ਨਹੀਂ ਹੈ ਕਿ ਸਿਟੀਜ਼ਨਸ਼ਿਪ ਦਿੱਤੀ ਨਹੀਂ ਜਾਂਦੀ, ਦਿੱਤੀ ਗਈ ਹੈ, ਅੱਗੇ ਵੀ ਦਿੱਤੀ ਜਾਏਗੀ। ਲੇਕਿਨ ਦੇਖੋ, ਇੱਕ ਸਾਡਾ ਜਿਹੜਾ ਦੇਸ਼ ਹੈਗਾ ਨਾ, ਘੁਸਪੈਠ ਦੀ ਵਜ੍ਹਾ ਨਾਲ ਵੀ ਬੜਾ ਬਹੁਤ ਵੱਡਾ ਇੱਕ ਸਾਡਾ ਸੁਰੱਖਿਆ ਦਾ ਇੱਕ ਕਾਰਨ ਹੈਗਾ ਕਿ ਜਿਹਦੇ ਵਿੱਚ ਘੁਸਪੈਠੀ ਬਹੁਤ ਜ਼ਿਆਦਾ ਹੈਗੇ ਨੇ। ਅਗਰ ਸਾਰਿਆਂ ਨੂੰ ਅਸੀਂ ਦੇਤਾ, ਉਹਦੇ 'ਚ ਪਤਾ ਹੀ ਨਹੀਂ ਲੱਗੇਗਾ ਕਿ ਕਿਹੜੇ ਮੁਸਲਿਮ ਘੁਸਪੈਠੀ ਹੈਗੇ ਆ, ਕਿਹੜੇ ਸ਼ਰਨਾਰਥੀ ਹੈਗੇ। ਜਿਹੜੀ ਧਾਰਮਿਕ ਉਤਪੀੜਨਾ ਹੈ, ਮਾਇਨੋਰਿਟੀਜ਼ ਦੀ ਹੈਗੀ ਹੈ, ਪਾਕਿਸਤਾਨ ਦੇ ਵਿੱਚ ਅਦਰ ਦੈਨ ਮੁਸਲਿਮਸ ਮਾਇਨੋਰਿਟੀਜ਼ ਹੈਗੇ ਨੇ, ਉਹਨਾਂ ਹੀ 6 ਧਰਮਾਂ ਨੂੰ। ਆਪਾਂ ਪੰਗੇਵਾਲ ਸਾਹਿਬ ਦੀ ਗੱਲ ਸੁਣ ਲੈਂਦੇ, ਉਸ ਤੋਂ ਬਾਅਦ ਮੈਂ ਗੱਲ ਇਹ ਕਰੂੰਗਾ ਕਿ ਬਿੱਲ ਨੂੰ ਲੈ ਕੇ ਜਿੰਨਾ ਆਪਾਂ ਰਾਮ ਰੌਲਾ ਪਾ ਰਹੇ ਹਾਂ। ਛੋਟਾ ਜਿਹਾ ਜਵਾਬ ਦਿਆਂਗਾ ਤੁਹਾਡੀ ਗੱਲ ਦਾ, ਮੈਂ ਛੋਟਾ ਜਿਹਾ ਜਵਾਬ ਦਊਂਗਾ। ਇਹ ਜਿਹੜੀ ਮੰਗ ਹੈਗੀ ਹੈ ਨਾ, ਸਭ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੇ ਕੀਤੀ ਸੀ। ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀਗਾ ਕਿ ਇਹ ਜਿਹੜੇ ਲੋਕ ਉਜੜੇ ਹੋਏ ਆਏ ਨੇ, ਇਹਨਾਂ ਦੇ ਵਾਸਤੇ ਸੌਫਟ ਕਾਰਨਰ ਦੇ ਨਾਲ ਕੋਈ ਐਸਾ ਕਾਨੂੰਨ ਲਿਆਓ ਜਿਹੜਾ ਇਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਏ। ਤੁਸੀਂ ਚੈੱਕ ਕਰ ਲੈਣਾ ਯੂਟਿਊਬ ਤੇ, ਤੁਹਾਡੀ ਗੱਲ ਕਲੀਅਰ ਹੋ ਗਈ। ਦੂਸਰੀ ਗੱਲ, ਤੁਹਾਡੀ ਮੰਗ ਇਹ ਸੀਗੀ ਕਿ ਜਿਹੜੇ ਇਹ ਬੰਦੇ ਹੈਗੇ ਨੇ, ਜਿਹੜੇ ਅਸੀਂ ਇਹਨਾਂ ਨੂੰ ਸ਼ਰਨਾਰਥੀ ਹੈਗੇ ਨੇ, ਕਾਂਗਰਸ ਦੀ ਇੱਕੋ ਮੰਗ ਸੀਗੀ। ਸਰ, ਇੱਕ ਮਿੰਟ ਮੇਰੀ ਗੱਲ ਸੁਣ ਲਓ। ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹਨਾਂ ਨੂੰ ਵੋਟਿੰਗ ਰਾਈਟ ਨਾ ਦਿੱਤਾ ਜਾਏ। ਉਹਨਾਂ ਨੇ ਕਿਹਾ ਸੀ ਇਹਨਾਂ ਨੂੰ 30 ਸਾਲ ਵਾਸਤੇ ਵੋਟਿੰਗ ਰਾਈਟ ਨਾ ਦਿੱਤਾ ਜਾਏ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਇਹ ਜਿਹੜੇ ਇੰਨੇ ਦੁਖੀ ਲੋਕ ਨੇ, ਇਹ ਵੋਟ ਵਿੱਚ ਕਨਵਰਟ ਹੋਏਗਾ। ਸਿੱਖ ਸਾਹਿਬ ਜਵਾਬ ਲੈ ਲਿਆ, ਰਾਣਾ ਸਾਹਿਬ ਤੋਂ ਸਮਾਂ ਅੱਗੇ ਵਧ ਰਿਹਾ। ਰਾਣਾ ਸਾਹਿਬ ਜਵਾਬ ਦਿਓ ਹੁਣ। ਉਦੋਂ ਜਿਹੜੀ ਇਹ ਗੱਲ ਕੀਤੀ ਸੀ, ਬਿੱਲ ਦੀ ਗੱਲ ਕਰਦੇ ਆ, ਬਿੱਲ ਦੀ ਗੱਲ ਜੇ ਕੀਤੀ ਹੋਣੀ ਆ, ਉਸ ਵੇਲੇ ਉੱਥੇ ਹੀ ਗੱਲ ਆ ਜਾਂਦੀ ਆ, ਸਾਰੀਆਂ ਮਾਈਨੋਰਿਟੀਜ਼ ਨੂੰ ਨਾਲ ਲੈ ਕੇ ਗੱਲ ਕੀਤੀ ਸੀ। ਅੱਜ ਮੈਂ ਤਾਂ ਇਹੀ ਸਵਾਲ ਆ, ਭਾਈਚਾਰਾ ਹੈ ਨਹੀਂ ਸੀ ਉਦੋਂ, ਭਰਦਾ ਹੈ ਨਹੀਂ ਸੀਗਾ, ਹੁਣ ਮੁਸਲਮਾਨ ਇਕੱਲੇ ਸੀਗੇ, ਉਦੋਂ ਭਾਈਚਾਰਾ ਨਹੀਂ ਸੀ। ਕਦੋਂ ਦੀ ਗੱਲ? ਸੇਠ ਸਾਹਿਬ, ਇਹ ਵੀ ਦੱਸ ਦਿਓ, ਤੁਸੀਂ ਇਹ ਵੀ ਦੱਸਿਆ ਵੀ ਉਦੋਂ ਵੀ ਮੁਸਲਿਮ ਨੂੰ ਇਹਦੇ ਵਿੱਚ ਬਾਹਰ ਰੱਖਣ ਦੀ ਗੱਲ ਕੀਤੀ ਸੀ, ਇਹ ਵੀ ਤਾਂ ਸਰ ਇਹ ਸਪੈਸੀਫਾਈ ਨਹੀਂ ਸੀ, ਲੇਕਿਨ ਇਹ ਧਾਰਮਿਕ ਉਤਪੀੜਨਾ ਜਿਹੜੀ ਹੈਗੀ ਹੈ, ਇਹ ਤਿੰਨੋਂ ਮੁਸਲਿਮ ਕੰਟਰੀ ਆ ਗਈਆਂ ਭਾਈ। ਤੁਸੀਂ ਦੇਖੋ, ਇੱਕ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਨਾਲ ਗੱਲ ਨੂੰ ਕਰੋ ਨਾ, ਇੱਕ ਜਿਹੜੀ ਸੱਚਾਈ ਹੈਗੀ ਹੈ, ਧਾਰਮਿਕ ਉਤਪੀੜਨ ਇਹ ਤਿੰਨੋਂ ਮੁਸਲਿਮ ਦੇਸ਼ ਹੈ। ਇੱਕ ਮੁਸਲਿਮ ਦੇਸ਼ ਦੇ ਵਿੱਚ ਮੁਸਲਮਾਨ ਨਾਲ ਧਾਰਮਿਕ ਉਤਪੀੜਨਾ ਕਿਵੇਂ ਹੋ ਸਕਦੀ ਹੈ? ਸਰ, ਉਹਦੇ ਹੋਰ ਬੜੇ ਰਸਤੇ ਨੇ, ਹੋਰ ਮੁਸਲਮਾਨ ਭਰਾ ਅਪਲਾਈ ਕਰ ਸਕਦੇ ਨੇ ਸਿਟੀਜ਼ਨਸ਼ਿਪ ਵਾਸਤੇ, ਉਹਨਾਂ ਨੂੰ ਮਿਲੇਗੀ ਸਿਟੀਜ਼ਨਸ਼ਿਪ, ਲੇਕਿਨ ਇਸ ਬਿੱਲ ਦੇ ਵਿੱਚ ਉਹਨਾਂ ਨੂੰ। ਅੱਛਾ, ਮੈਂ ਇੱਕ ਅਖੀਰ ਦੇ ਵਿੱਚ ਗੱਲ, ਉਦੋਂ ਵੀ
ਰਾਣਾ ਸਾਹਿਬ ਮੈਂ ਤੁਹਾਡੀ ਗੱਲ ਦਾ ਉਦੋਂ ਵੀ ਧਰਮ ਦੀ ਰਾਜਨੀਤੀ ਹੋਈ ਸੀ ਛੋਟਾ ਜਿਹਾ ਜਵਾਬ ਦੇਵਾਂਗਾ ਤੁਹਾਡੀ ਗੱਲ ਦਾ ਮੈਂ ਛੋਟਾ ਜਿਹਾ ਜਵਾਬ ਦਊਂਗਾ ਇਹ ਜਿਹੜੀ ਮੰਗ ਹੈਗੀ ਹੈ ਨਾ ਸਭ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੇ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀਗਾ ਕਿ ਇਹ ਜਿਹੜੇ ਲੋਕ ਉਜੜੇ ਹੋਏ ਆਏ ਨੇ ਇਹਨਾਂ ਦੇ ਵਾਸਤੇ ਸੌਫਟ ਕਾਰਨਰ ਦੇ ਨਾਲ ਕੋਈ ਐਸਾ ਕਾਨੂੰਨ ਲਿਆਓ ਜਿਹੜਾ ਇਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਏ ਤੁਸੀਂ ਚੈੱਕ ਕਰ ਲੈਣਾ ਯੂਟਿਊਬ ਤੇ ਤੁਹਾਡੀ ਗੱਲ ਕਲੀਅਰ ਹੋ ਗਈ ਦੂਸਰੀ ਗੱਲ ਤੁਹਾਡੀ ਮੰਗ ਇਹ ਸੀਗੀ ਕਿ ਜਿਹੜੇ ਇਹ ਬੰਦੇ ਹੈਗੇ ਨੇ ਬਿਲਕੁਲ ਤੁਸੀਂ ਹੁਣ ਦਿਓ ਚਹਿਲ ਸਾਹਿਬ ਜਵਾਬ ਇਸ ਜਿਹੜੇ ਅਸੀਂ ਇਹਨਾਂ ਨੂੰ ਸ਼ਰਨਾਰਥੀ ਹੈਗੇ ਨੇ ਕਾਂਗਰਸ ਦੀ ਇੱਕੋ ਮੰਗ ਸੀਗੀ ਸਰ ਇੱਕ ਮਿੰਟ ਮੇਰੀ ਗੱਲ ਸੁਣ ਲਓ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹਨਾਂ ਨੂੰ ਵੋਟਿੰਗ ਰਾਈਟ ਨਾ ਦਿੱਤਾ ਜਾਏ ਉਹਨਾਂ ਨੇ ਕਿਹਾ ਸੀ ਇਹਨਾਂ ਨੂੰ 30 ਸਾਲ ਵਾਸਤੇ ਵੋਟਿੰਗ ਰਾਈਟ ਨਾ ਦਿੱਤਾ ਜਾਏ ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਇਹ ਜਿਹੜੇ ਇੰਨੇ ਦੁਖੀ ਲੋਕ ਨੇ ਇਹ ਵੋਟ ਵਿੱਚ ਕਨਵਰਟ ਹੋਏਗਾ ਸਿੱਖ ਸਾਹਿਬ ਜਵਾਬ ਲੈ ਲਿਆ ਰਾਣਾ ਸਾਹਿਬ ਤੋਂ ਸਮਾਂ ਅੱਗੇ ਵਧ ਰਿਹਾ ਰਾਣਾ ਸਾਹਿਬ ਜਵਾਬ ਦਿਓ ਹੁਣ ਉਦੋਂ ਜਿਹੜੀ ਇਹ ਗੱਲ ਕੀਤੀ ਸੀ ਬਿੱਲ ਦੀ ਗੱਲ ਕਰਦੇ ਆ ਬਿੱਲ ਦੀ ਗੱਲ ਜੇ ਕੀਤੀ ਹੋਣੀ ਆ ਉਸ ਵੇਲੇ ਉੱਥੇ ਹੀ ਗੱਲ ਆ ਜਾਂਦੀ ਹੈ ਸਾਰੀਆਂ ਮਾਈਨੋਰਿਟੀਜ਼ ਨੂੰ ਨਾਲ ਲੈ ਕੇ ਗੱਲ ਕੀਤੀ ਸੀ ਅੱਜ ਮੈਂ ਤਾਂ ਇਹੀ ਸਲਾਹ ਭਾਈਚਾਰਾ ਹੋਣੀ ਸੀ ਹੁਣ ਮੁਸਲਮਾਨ ਇਕੱਲੇ ਸੀਗੇ ਕਿਸ ਤੋਂ ਭਾਈਚਾਰਾ ਨਹੀਂ ਸੀ ਕਦੋਂ ਦੀ ਗੱਲ ਸੇਠ ਸਾਹਿਬ ਇਹ ਵੀ ਦੱਸ ਦੋ ਤੁਸੀਂ ਇਹ ਵੀ ਦੱਸਿਆ ਵੀ ਉਦੋਂ ਵੀ ਮੁਸਲਮਾਨ ਨੇ ਇਹਦੇ ਵਿੱਚ ਬਾਹਰ ਰੱਖਣ ਦੀ ਗੱਲ ਕੀਤੀ ਸੀ ਇਹ ਵੀ ਤਾਂ ਫਿਰ ਸਰ ਇਹ ਸਪੈਸੀਫਾਈ ਨਹੀਂ ਸੀ ਲੇਕਿਨ ਇਹ ਧਾਰਮਿਕ ਉਤਪੀੜਨਾ ਜਿਹੜੀ ਹੈਗੀ ਹੈ ਇਹ ਤਿੰਨੋਂ ਮੁਸਲਮਾਨ ਕੰਟਰੀ ਆ ਗਈਆਂ ਭਾਈ ਤੁਸੀਂ ਦੇਖੋ ਇੱਕ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਨਾਲ ਗੱਲ ਨੂੰ ਕਰੋ ਨਾ ਇੱਕ ਜਿਹੜੀ ਸੱਚਾਈ ਹੈ ਹੈਗੀ ਹੈ ਧਾਰਮਿਕ ਉਤਪੀੜਨ ਇਹ ਤਿੰਨੋਂ ਮੁਸਲਮਾਨ ਦੇਸ਼ ਹੈ ਇੱਕ ਮੁਸਲਿਮ ਦੇਸ਼ ਦੇ ਵਿੱਚ ਮੁਸਲਮਾਨ ਨਾਲ ਧਾਰਮਿਕ ਉਤਪੀੜਨਾ ਕਿਵੇਂ ਹੋ ਸਕਦੀ ਹੈ ਸਰ ਉਹਦੇ ਹੋਰ ਬੜੇ ਰਸਤੇ ਨੇ ਹੋਰ ਮੁਸਲਮਾਨ ਭਰਾ ਅਪਲਾਈ ਕਰ ਸਕਦੇ ਸਿਟੀਜ਼ਨਸ਼ਿਪ ਵਾਸਤੇ ਉਹਨਾਂ ਨੂੰ ਮਿਲੇਗੀ ਸਿਟੀਜ਼ਨਸ਼ਿਪ ਲੇਕਿਨ ਇਸ ਬਿੱਲ ਦੇ ਵਿੱਚ ਉਹਨਾਂ ਨੂੰ ਅੱਛਾ ਮੈਂ ਇੱਕ ਅਖੀਰ ਦੇ ਵਿੱਚ